ਦੇਸ਼ ਮੇਰੇ ਦੇ ਗੱਭਰੂ ਸ਼ੇਰਾਂ ਵਰਗੇ ਹਾਣ ਦਿਓ, ਮਾਰ ਕੇ ਕੋਈ ਪੰਜਾਬੀ ਹੱਥ ਪਿੱਛੇ ਸੁਣ ਦਿੰਦੇ। ਇੰਨੀ ਜਾਨ ਦਿੱਤੀ ਹੈ ਰੱਬ ਦੇ ਵਿੱਚ ਡੋਲਿਆਂ ਨੇ, ਲੈ ਮੁੱਠੀ ਵਿੱਚ ਫੜੀਏ ਸੱਪ ਦੀ ਘੰਟੀ ਘੁੱਟ ਦਿੰਦੇ। ਮਾਰ ਕੇ ਥਾਪੀ ਮੰਗਲਾ ਜਦੋਂ ਕਬੱਡੀ ਪਾਉਂਦੇ ਨੇ ਤੇ ਦੁਨੀਆਂ ਵਾਹ ਵਾਹ ਕਰਦੀ ਹੈ, ਐਸੀਆਂ ਧੂੜਾਂ ਪੁੱਟ ਦਿੰਦੇ। ਸਭ ਤੋਂ ਪਹਿਲਾਂ ਇੱਕ ਜੰਗ ਕਬੱਡੀ ਕੱਪ ਦੇ ਨਾਂ ਤੇ, ਕੱਪ ਦੇ ਨਾਂ ਤੇ ਤਾੜੀ ਵਜਾਓ ਜੀ, ਪਤਾ ਲੱਗੇ ਸਾਰਿਆਂ ਨੂੰ। ਔਰ ਮੈਂ ਬਹੁਤ ਬਹੁਤ ਵਧਾਈ ਦਿੰਦਾ ਬਲਜਿੰਦਰ ਮਾਸੀ ਜੀ ਔਰ ਗੋਪੀ ਸ਼ੋਕਰ ਜੀ, ਭੋਲਾ ਸਮਰਾ ਜੀ ਸਾਡੇ, ਔਰ ਨਿੰਮਾ ਕਪੂਰਾ ਜੀ, ਮਹਿੰਦਰ ਸਿਕੰਦਰਪੁਰ, ਜੱਸਾ ਸਿਕੰਦਰਪੁਰ, ਸਰਬਜੀਤ ਪੈਸਰਾ ਜੀ, ਸਤਨਾਮ ਪਾਵਲਾ, ਔਰ ਬਹੁਤ ਬਹੁਤ ਧੰਨਵਾਦ ਜੋ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਮੈਂ ਜੋ ਹੁਣ ਤੱਕ ਲਿਖਿਆ ਪੰਜਾਬੀ ਸੱਭਿਆਚਾਰ ਦੇ ਦਾਇਰੇ 'ਚ ਰਹਿ ਕੇ ਲਿਖਿਆ, 15 ਕਿਤਾਬਾਂ ਮੇਰੀਆਂ ਆਈਆਂ, ਜਿਹੜਾ ਹੁਣ ਵੀ ਗੀਤ ਆਇਆ ਨੀ, ਮਿੱਟੀ ਹੈ ਤੇਰੇ ਬਿਨਾਂ ਮੇਰਾ ਕੌਣ, ਰਣਜੀਤ ਬਾਵੀ ਦੀ ਆਵਾਜ਼ 'ਚ ਬੜਾ ਪਿਆਰ ਮਿਲਿਆ। ਸੋ ਉਹਨਾਂ ਤੋਂ ਮੈਨੂੰ ਹੁਕਮ ਹੋਇਆ ਵੀ ਇੱਕ ਦੋ ਗੀਤ ਤੁਹਾਡੇ ਨਾਲ ਸਾਂਝੇ ਕਰਾਂ। ਮੇਰੇ ਇੱਕ ਗੀਤ ਦਾਰਾ ਸਿੰਘ ਜੀ ਨੇ ਰੋਲ ਕੀਤਾ ਸੀਗਾ, ਰੁਸਤਮੇ ਹਿੰਦ ਜਨਾਬ ਦਾਰਾ ਸਿੰਘ ਜੀ ਦੇ ਨਾਂ ਤੇ ਇੱਕ ਤਾੜੀ ਮਾਰੋ। ਔਰ ਮੇਰੇ ਨਾਲ ਇੱਕ ਗਾਇਕ ਛੋਟਾ ਵੀ ਸਾਡਾ ਜੱਗੀ ਦੀ ਵੀ ਆਇਆ ਹੋਇਆ, ਬਹੁਤ ਅੱਛਾ ਗਾਇਕ ਆ, ਔਰ ਉਸ ਗੀਤ ਨੂੰ ਤੁਸੀਂ ਇੰਨਾ ਪਿਆਰ ਦਿੱਤਾ ਵੀ ਅੱਜ ਤੱਕ ਉਹ ਗਰਾਊਂਡਾਂ ਦੇ ਵਿੱਚ ਬੋਲਿਆ ਜਾਂਦਾ ਗੀਤ। ਕੀ ਜੀ? ਆਪਣੇ ਸਰੀਰ ਬਾਜੋ ਹਾਣੀਓ, ਕਿਸੇ ਨੇ ਨੀ ਲੱਗੀਆਂ ਨਿਭਾਉਣੀਆਂ। ਆਪਣੇ ਸਰੀਰ ਬਾਜੋ ਹਾਣੀਓ, ਕਿਸੇ ਨੇ ਨੀ ਲੱਗੀਆਂ ਨਿਭਾਉਣੀਆਂ। ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ, ਖਾਧੀਆਂ ਖੁਰਾਕਾਂ ਕੰਮ ਆਉਣੀਆਂ। ਗਿਣੇ ਬਿਨਾ ਨਸ਼ੇ ਦੀਆਂ ਗੋਲੀਆਂ ਜੋ ਖਾਂਦੇ ਨੇ, ਗਿਣਦੇ ਨੀ ਪੱਕਾ ਹੀ ਮਾਰ ਜਾਂਦੇ ਆ। ਗਿਣੇ ਬਿਨਾ ਨਸ਼ੇ ਦੀਆਂ ਗੋਲੀਆਂ ਜੋ ਖਾਂਦੇ ਨੇ, ਉਹ ਮੁੰਡੇ ਆਪਣੀ ਜਵਾਨੀ ਸਾੜੀ ਜਾਂਦੇ ਨੇ। ਆਪ ਕੰਧ ਫੜ ਕੇ ਜੋ ਤੁਰਦੇ, ਕੌਮਾਂ ਉਹਨਾਂ ਕਿੱਥੋਂ ਨੇ ਬਚਾਉਣੀਆਂ। ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ, ਖਾਧੀਆਂ ਖੁਰਾਕਾਂ ਕੰਮ ਆਉਣੀਆਂ। ਇਹਦਾ ਆਖਰੀ ਪਹਿਰਾ ਜੀ ਅੱਜ ਵੀ ਗਰਾਊਂਡਾਂ 'ਚ ਬੋਲਿਆ ਜਾਂਦਾ ਕਿ ਅਧਰੜਕੇ ਨਾ ਜਿਹੜੇ ਛੰਨਾ ਮੂੰਹ ਨੂੰ ਲਾਉਂਦੇ ਨੇ, ਥਾਪੀ ਮਾਰ ਹਾਣੀਆਂ ਜੀ ਉਹੀ ਕੋਟੀ ਪਾਉਂਦੇ ਨੇ। ਖਾਧੇ ਨੇ ਬਦਾਮ ਜੀ ਨੇ ਮੰਗਲਾ, ਉਸੇ ਨੇ ਹੀ ਕੋਟੀਆਂ ਲਵਾਉਣੀਆਂ। ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ, ਖਾਧੀਆਂ ਖੁਰਾਕਾਂ ਕੰਮ ਆਉਣੀਆਂ। ਤਾੜੀ ਵਜਾ ਜੀ ਫੜ ਕੇ। ਔਰ ਪੰਜਾਬੀ ਸਾਡੇ ਕਿ ਪੰਜਾਬ ਮੇਰੇ ਦਾ ਨਾਮ ਲਿਸ਼ਕ ਦੇ ਖੰਡੇ ਵਰਗਾ ਏ, ਪੰਜਾਬ ਮੇਰੇ ਦਾ ਨਾਮ ਝੂਲ ਦੇ ਝੰਡੇ ਵਰਗਾ ਏ, ਮਾਣ ਮੰਗਲ ਨੂੰ ਗੁਰੂਆਂ ਪੀਰਾਂ ਵਾਲੀ ਧਰਤੀ ਤੇ ਖੜਕਾ ਸਾਡਾ ਸਦਾ ਗੰਡਾਸੇ ਝੰਡੇ ਵਰਗਾ ਏ। ਪੰਜਾਬੀ ਜਿੱਥੇ ਗਏ ਆਪਣੀਆਂ ਖੇਡਾਂ ਨਾਲ ਲੈ ਗਏ, ਆਪਣਾ ਖਾਣਾ ਪੀਣਾ, ਆਪਣਾ ਪਹਿਰਾਵਾ। ਇੱਕ ਪੰਜਾਬੀਆਂ ਦੀ ਤਾੜੀ ਮਾਰੋ ਜੀ, ਪੰਜਾਬ ਤੇ ਗੱਲ ਸੁਣਾਈ ਜੀ। ਸਾਡਾ ਸਾਥ ਰਿਹਾ ਕੜਿਆਂ ਦਾ, ਸਾਡੀ ਸਾਜ ਰਹੀ ਏ ਕੜੀਆਂ ਦੀ, ਵੈਰੀ ਨੂੰ ਆਦਤ ਚੌਂਦਰ ਦੀ, ਸਾਨੂੰ ਵੀ ਆਦਤ ਅੜੀਆਂ ਦੀ। ਇੱਕ ਨਹੀਂ ਇੱਕ ਲੱਖ ਕਹਾਣੀ ਹੋਊ, ਰਾਣੀ ਮੌਤ ਲਈ ਜੰਨਾ ਚੜੀਆਂ ਦੀ। ਮੰਗਲਾ ਪੰਜਾਬੀ ਪਰਬਤ ਜੈ, ਕਦੀ ਧੌਂਸ ਨੀ ਸਹਿੰਦੇ ਥੜੀਆਂ ਦੀ। ਇਹ ਹੜ ਰੁਕਣੇ ਨਹੀਂ ਏ ਸਿਰ ਝੁਕਣੇ ਨਹੀਂ, ਇਹ ਹੜ ਰੁਕਣੇ ਨਹੀਂ ਏ ਸਿਰ ਝੁਕਣੇ ਨਹੀਂ, ਕਦੀ ਸੂਰਮੇ ਪੰਜਾਬ ਵਿੱਚੋਂ ਮੁੱਕਣੇ ਨਹੀਂ। ਵੈਰੀ ਥੱਕੇ ਸਾਡੇ ਸਿਰਾਂ ਤੇ ਇਨਾਮ ਰੱਖ ਕੇ, ਹੋਏ ਆਉਂਦਾ ਨੱਚਣਾ ਨੱਚਣਾ, ਤਲੀ ਦੇ ਉੱਤੇ ਜਾਨ ਰੱਖ ਕੇ ਆਉਂਦਾ ਨੱਚਣਾ ਨੱਚਣਾ, ਤਲੀ ਦੇ ਉੱਤੇ ਜਾਨ ਰੱਖ ਕੇ, ਹੋਏ ਆਉਂਦਾ ਨੱਚਣਾ।
ਸ਼ੇਰ ਡਰਦਾ ਨਹੀਂ ਹੁੰਦਾ ਕਦੇ ਬਿੱਲੀ ਤੋਂ, ਇਹ ਗੱਲ ਪੁੱਛ ਲਿਓ ਜਾ ਕੇ ਦਿੱਲੀ ਤੋਂ। ਆਏ ਬਾਰਡਰਾਂ ਤੇ ਜਿੱਤ ਦੇ ਨਿਸ਼ਾਨ ਰੱਖ ਕੇ ਆਉਂਦਾ ਨੱਚਣਾ, ਨੱਚਣਾ ਤਲੀ ਦੇ ਉੱਤੇ ਜਾਲ ਰੱਖ ਕੇ ਆਉਂਦਾ ਨੱਚਣਾ। ਭਾਵੇਂ ਗਿਣਤੀ ਚ ਮੰਗਾਏ ਘੱਟ ਹਾਂ, ਜਿੱਥੇ ਖਾਈ ਜਾਈਏ ਕੱਢ ਦਿੰਦੇ ਵੱਟ ਹਾਂ। ਕੰਮ ਕੀਤਾ ਨੀ ਕੋਈ ਦਿਲ ਵਿੱਚ ਕਾਣ ਰੱਖ ਕੇ ਆਉਂਦਾ ਨੱਚਣਾ, ਨੱਚਣਾ ਤਲੀ ਦੇ ਉੱਤੇ ਜਾਲ ਰੱਖ ਕੇ ਆਉਂਦਾ ਨੱਚਣਾ। ਥੈਂਕ ਯੂ ਜੀ, ਬਹੁਤ ਮਿਹਰਬਾਨੀ। ਅਖੀਰ ਦੇ ਵਿੱਚ ਮੇਰਾ ਇੱਕ ਸ਼ੇਰ ਕਿ ਸੋਚਦਾ ਹਾਂ ਜਦੋਂ ਕਦੀ ਬਣੇ ਹਾਂ ਪੰਜਾਬੀ, ਕਿਵੇਂ ਚਾਰੇ ਪਾਸੇ ਖੂਨ ਨਾਲ ਲਾਲ ਦਿਸਦੀ, ਕਿਤੇ ਦਿਸਦਾ ਸਿਰਸਾ ਦਾ ਚੜਿਆ ਉਹ ਪਾਣੀ, ਕਿਤੇ ਨੀਹਾਂ ਵਿੱਚ ਛੋਟੇ ਛੋਟੇ ਬਾਲ ਦਿਸਦੀ, ਕਿਤੇ ਦਿਸਦੇ ਨੇ ਬੱਚਿਆਂ ਦੇ ਛੋਟੇ ਛੋਟੇ ਟੋਟੇ, ਕਿਤੇ ਖੋਪੜੀ ਲਹਾਲੀ ਪਰ ਵਾਲ ਦਿਸਦੀ, ਕਿਤੇ ਦਿਸਦੇ ਨੇ ਗੁਰੂ ਘਰ ਮੱਸਾ ਵਡਾਲੀ, ਚਾਰੇ ਪਾਸੇ ਚੜੇ ਅੱਗ ਦੇ ਭਚਾਲ ਦਿਸਦੀ, ਕਿਤੇ ਦਿਸਦੀ ਹੈ ਵੰਡ ਵੇਲੇ ਲੀਰ ਹੋਈ ਚੁੰਨੀ ਇੱਕ ਕੁੜੀ ਦੇ ਦੁਆਲੇ ਕਈ ਕੰਗਾਲ ਦਿਸਦੀ, ਕਿਤੇ ਦਿਸਦੀ ਹੈ ਖੂਹ ਦੇ ਵਿੱਚ ਡੈਂਗਦੀ ਹੋਈ ਭੀੜ, ਖੂਹ ਦੀ ਮੌਲ ਉੱਤੇ ਕਰੇ ਸਵਾਲ ਦਿਸਦੇ, ਉਹ ਕੀ ਦੱਸੇ ਮੰਗਲ ਹਠੂਰ ਕਿੰਨਾ ਰੋਂਦਾ ਜਦੋਂ ਜ਼ਖਮੀ ਪੁਰਾਣੇ ਕਈ ਸਾਲ ਦਿਸਦੇ। ਮਸਾਂ ਮਸਾਂ ਬਾਗਾਂ ਵਿੱਚ ਕੋਇਲਾਂ ਗਾਉਣ ਲੱਗੀਆਂ ਨੇ, ਮਸਾਂ ਮਸਾਂ ਹਟੇਲੇ ਖੜਾਕ ਹਥਿਆਰਾਂ ਦੇ, ਮਸਾਂ ਮਸਾਂ ਨਹਿਰਾਂ ਵਿੱਚ ਸੌਰ ਮਾਪਾ ਨਿਕਲੇ ਨੇ ਮੇਲਿਆਂ ਨੂੰ ਜਾਣ ਦੇ ਲਈ ਟੋਲੇ ਮੁਟਿਆਰਾਂ ਦੀ। ਲੰਮੀ ਚੁੱਪ ਪਿੱਛੋਂ ਅਸੀਂ ਹੱਸੇ ਅੱਜ ਮੰਗਲਾਂ ਹੋਏ, ਮੁੱਕਣ ਨਾ ਹੋਣ ਸਾਡੇ ਗੀਤ ਸਾਂਝੇ ਪਿਆਰਾਂ ਦੇ। ਜਦ ਤੱਕ ਸੂਰਜ ਵਿੱਚ ਚਮਕ ਰਹੇ, ਜਦ ਤੱਕ ਸਾਗਰ ਵਿੱਚ ਆਵ ਰਹੇ, ਉਹਨੇ ਜਦ ਤੱਕ ਦਾਤਿਆ ਮੇਰਾ ਵਸਦਾ ਇਹ ਪੰਜਾਬ ਰਹੀ। ਸੋ ਮੇਰੇ ਵੱਲੋਂ ਇੱਕ ਵਾਰ ਫਿਰ ਪੰਜਾਬੀਆਂ ਨੂੰ, ਪੰਜਾਬੀਅਤ ਨੂੰ ਅੱਜ ਦੇ ਕਬੱਡੀ ਕੱਪ ਦੀਆਂ ਬਹੁਤ ਬਹੁਤ ਵਧਾਈਆਂ। ਥੈਂਕ ਯੂ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਮੰਗਲ ਰਠੌਰ ਜੀ, ਤੁਹਾਡੇ ਜੋ ਆਪਣੇ